ਜੀ ਸਾਰੇ ਦੋਸਤਾਂ ਨੂੰ ਮੇਰੇ ਤਰਫੋਂ ਸਲਾਮ, ਸਤਿ ਸ਼੍ਰੀ ਅਕਾਲ। ਦੋਸਤੋ, ਜਿਹੜਾ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਵੱਡਿਆਂ ਦੇ ਨਾਲ ਮਿਲਣ ਵਾਲਾ, ਬਜ਼ੁਰਗਾਂ ਦੇ ਨਾਲ ਮਿਲਣ ਵਾਲਾ, ਕਿ ਉਹਨਾਂ ਤੋਂ ਅਸੀਂ ਪੁਰਾਣੇ ਵੇਲੇ ਨੂੰ ਜਾਣੀਏ, ਔਰ ਖਾਸ ਕਰ ਉਹ ਜਿਹੜਾ ਪਾਰਟੀਸ਼ਨ ਜਿਹੜੀ ਹੋਈ ਹੈ, ਇਸ ਪਾਰਟੀਸ਼ਨ ਨੂੰ ਮੁਖਤਲਿਫ ਮਾਨੀ ਦਿੱਤੇ ਜਾਂਦੇ ਨੇ, ਲੇਕਿਨ ਉਹ ਸਾਡੇ ਨਿਸਾਬਾਂ ਦੇ ਵਿੱਚ ਕੁਛ ਉਹਦੀ ਹਕੀਕਤ ਹੋਰ ਹੈ। ਜਦੋਂ ਅਸੀਂ ਆਪਣੇ ਵੱਡਿਆਂ ਨਾਲ ਮਿਲੇ ਹਾਂ, ਜਦੋਂ ਬਜ਼ੁਰਗਾਂ ਨਾਲ ਮਿਲੇ ਹਾਂ, ਉਹ ਖਾਸ ਕਰ ਉਹ ਬਜ਼ੁਰਗ ਜਿਹੜੇ ਬਗੈਰ ਕਿਸੇ ਤਸਬ ਦੇ, ਲੱਗੀ ਲਿਫਟੀ ਬਗੈਰ ਰੱਖੇ, ਪੂਰਾ ਸੱਚ ਦੱਸਦੇ ਨੇ, ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਤੁਹਾਨੂੰ ਉਹਨਾਂ ਲੋਕਾਂ ਕੋਲ ਹੀ ਪੂਰਾ ਸੱਚ ਸੁਣਾਇਆ ਜਾਵੇ। ਅੱਜ ਅਸੀਂ ਪਹੁੰਚੇ ਹਾਂ ਤਹਿਸੀਲ ਮਿੰਚਨਾਬਾਦ ਦੇ ਪਿੰਡ ਦਿਆਲ ਸਿੰਘ, ਲੋਧਰਾ ਕਾਸ ਦੇ ਬਜ਼ੁਰਗ ਸਾਡੇ ਕੋਲ ਅੱਜ ਹਨ, ਬਾਗ ਅਲੀ ਸਾਹਿਬ ਹਨ, ਔਰ ਬਾਗ ਅਲੀ ਸਾਹਿਬ ਦੇ ਬਾਰੇ ਮੈਨੂੰ ਖੁਸ਼ੀ ਹੋਈ ਉਹਨਾਂ ਦੇ ਖਿਆਲਤ ਸੁਣ ਕੇ, ਕਿ ਉਹ ਹਰ ਚੀਜ਼ ਪੂਰੇ ਸੱਚ ਦੇ ਮੁਤਾਬਿਕ ਜਿਵੇਂ ਪਹਿਲੇ ਦੱਸਿਆ ਉਸ ਤਰੀਕੇ ਨਾਲ ਉਹਨਾਂ ਨੂੰ ਬਿਆਨ ਕਰਨਾ ਆਉਂਦਾ ਵੀ ਹੈ। ਯਾਦਦਾਸ਼ਤ ਵੀ ਮਾਸ਼ਾਅੱਲਾ ਬਹੁਤ ਬਿਹਤਰ ਹੈ। ਅਸੀਂ ਉਹਨਾਂ ਨਾਲ ਗੱਲ ਕਰਨਾ ਹੈ। ਹੋਰ ਜਿਹੜੀ ਤੁਹਾਡੇ ਪੜ੍ਹੇ ਲਿਖੇ ਬੰਦਿਆਂ ਦੇ ਸਮਝਣ ਦੀ ਗੱਲ ਹੈ ਨਾ, ਗੌਰ ਦੀ ਜੀ ਜੀ, ਉਹ ਤੁਹਾਨੂੰ ਮੈਂ ਦੱਸਣਾ। ਅੱਛਾ, ਅਗਰ ਇਸ ਮੁਲਕ ਦੀ ਫੁੱਲ ਹਕੀਕਤ ਸਮਝਣੀ ਚਾਹੁੰਦਾ ਜਿੰਨਾ ਕੁ ਮੈਨੂੰ ਮਾਲੂਮ ਹੈ, ਮੈਂ ਪੜ੍ਹਿਆ ਲਿਖਿਆ ਨਹੀਂ ਹਾਂ। ਨਹੀਂ ਨਹੀਂ, ਦੱਸੋ ਸਾਨੂੰ ਤੁਹਾਡੇ ਤੋਂ ਹੀ। ਆਪਣਾ ਮੁਲਕ ਹੈ ਨਾ ਜਿਹੜਾ, ਇਹ ਪੰਜਾਬ ਕੁਛ ਹਿੱਸਾ ਆਪਣੇ ਸੂਬੇ 'ਚ ਆ ਗਿਆ, ਕੁਝ ਮਿਸਾਲ ਹੈ ਉੱਧਰ ਜਾਂਦਾ ਰਿਹਾ, ਬਾਕੀ ਸੂਬਾ ਪੰਜਾਬ ਨੂੰ ਵੰਡ ਦਿੱਤਾ ਗਿਆ, ਸੂਬਾ ਸਿੰਧ ਆ ਗਿਆ, ਬਲੋਚਿਸਤਾਨ, ਸਰਹੱਦ ਅਤੇ ਪਹਿਲੇ ਮਿਸਾਲ ਇਲਾਕੇ। ਪੜ੍ਹੇ ਲਿਖੇ ਲੋਕ ਇਸ ਮੁਲਕ ਆ, ਕਰਾਚੀ ਤੋਂ ਲੈ ਕੇ ਕਲਕੱਤੇ ਤੱਕ 28 ਸੂਬਿਆਂ ਦਾ ਜੀ ਜੀ, ਇਹਨੂੰ ਪੜ੍ਹੇ ਲਿਖੇ ਲੋਕ ਬਰੇ ਸਗੀਰ ਵੀ ਸੱਦੇ ਅਤੇ ਬਹਿਰੇ ਹਿੰਦ ਵੀ ਸੱਦੇ ਜੀ ਜੀ, ਅੰਗਰੇਜ਼ੀ ਸਬ ਕੰਟੀਨੈਂਟ। ਖੈਰ, ਇਹਦੇ ਵਿੱਚ ਸ਼ੁਰੂ ਦੇ ਤੋਂ ਹੀ ਨਾ ਤਾਦਾਦ ਜ਼ਿਆਦਾ ਹਿੰਦੂ ਦੀ ਹੈ, ਮੁਸਲਮਾਨ ਦੀ ਥੋੜ੍ਹੀ ਹੈ। ਪੁਰਾਣਾ ਮਜ਼ਹਬ ਜੋ ਹੈ ਨਾ ਹਿੰਦੂ ਮਜ਼ਹਬ, ਮੁਸਲਮਾਨ ਤਾਂ 8ਵੀਂ ਸਦੀ ਦੇ ਵਿੱਚ ਇੱਥੇ ਆਉਣਾ ਸ਼ੁਰੂ ਹੋਇਆ। ਖੈਰ, ਇਹਦੇ ਪੁਰਾਣੀਆਂ ਤਰੀਕਾਂ ਪੜ੍ਹ ਕੇ ਵੇਖੀਏ ਨਾ, ਯਾਨੀ ਇਹ ਅਕਸਰੀਅਤ ਹਿੰਦੂ ਕੌਮ ਦੀ ਜ਼ਿਆਦਾ ਹੈ, ਹਕੂਮਤ ਤਕਰੀਬਨ ਰੁਪਈਏ 'ਚੋਂ 12 ਨੇ ਮੁਸਲਮਾਨ ਕਰ ਲਿਆ। ਬਿਲਕੁਲ, ਅੱਲਾਹ ਪਾਕ ਨੇ ਇਸ ਖਿੱਤੇ ਦੇ ਵਿੱਚ ਐਸੇ ਐਸੇ ਅਕਲ ਅਤੇ ਦਲੇਰ ਅਤੇ ਅਕਲਮੰਦ ਮੁਸਲਮਾਨ ਪੈਦਾ ਕੀਤੇ ਜੀ ਜੀ, ਨਫਰੀ ਹਿੰਦੂ ਦੀ ਜ਼ਿਆਦਾ ਹੀ ਰੁਪਈਏ 'ਚੋਂ 12 ਨੇ ਮਤਲਬ ਹਕੂਮਤ ਉਹਨਾਂ। ਸਹੀ ਹੈ, ਪਿਛਲਾ ਜੇ 1000 ਸਾਲ ਅਸੀਂ ਵੇਖੀਏ ਨਾ ਤਾਂ 1000 ਸਾਲ ਇਵੇਂ ਹੀ ਹੈ। ਖੈਰ, ਇਹਦੇ 'ਤੇ ਕਾਫੀ ਅਰਸਾ ਸੂਬੇ ਸਿੰਧ ਦੇ ਵਿੱਚ ਇੱਕ ਮੀਰ ਕੌਮ ਹੈ, ਉਹਨਾਂ ਦੀ ਹਕੂਮਤ ਰਹੀ। ਉਸ ਤੋਂ ਬਾਅਦ ਜਿਹੜੇ ਦੁੱਲੇ ਭੱਟੀ ਕੇ ਕਦੇ ਸੁਣੇ ਹਨ ਜੀ 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 ਜੀ, ਇਹ ਆ ਰਿਆਸਤ ਜੈਸਲਮੇਰ ਦੇ। ਅੱਛਾ, ਦੁੱਲੇ ਭੱਟੀ ਹੋਰੀ ਜੈਸਲਮੀਰ ਦੇ? ਅੱਛਾ, ਇਹਨਾਂ ਦੇ ਵੱਢ ਕੇ ਜੈਸਲਮੇਰ ਦੇ। ਇਹ ਤਾਂ ਹੈ ਉਹ ਪਿੰਡੀ ਭੱਟੀਆਂ ਦੇ, ਪਿੰਡੀਆਂ ਭੱਟੀਆਂ ਤੋਂ ਬਾਅਦ ਦੀ ਕਹਾਣੀ ਬਣੀ ਹੈ। ਪਹਿਲੇ ਅਸਲੇ ਸ਼ੁਰੂ ਦੇ ਇੱਥੋਂ ਦੇ ਆਏ, ਸਾਂਦਲਬਾਰ ਅਤੇ ਉੱਥੋਂ ਦੇ, ਇੱਥੋਂ ਦੇ ਆਇਆ ਆਪਣੇ ਸਾਂਦਲਬਾਰ ਦੇ ਨਹੀਂ, ਆਹ ਜਿਹੜੀ ਹੈ ਰਿਆਸਤ ਜੈਸਲਮੇਰ ਜੈਸਲਮੀਰ ਦੇ ਸਾਂਦਲਬਾਰ ਵਿੱਚ ਬਾਅਦ ਜਾਂਦੇ ਨੇ, ਆਹ ਬੀਕਾਨੇਰ ਦੇ ਅੱਗੇ ਆਉਂਦੀ। ਠੀਕ ਹੈ, ਇਹ 4 ਰਿਆਸਤਾਂ ਆਈਆਂ ਟਾਕਰਾਂ ਦੀਆਂ। ਹਾਂ ਬਿਲਕੁਲ, ਹਿੰਦੂ ਰਾਜਾ ਹੈ ਆਪਣੇ ਨਾਲ ਵਾਲਾ ਜਿਹੜਾ ਬਾਰਡਰ ਹੈ ਸਾਰਾ ਉਹੀ ਲੱਗਦਾ। ਇਹ ਬੀਕਾਨੇਰ ਵੀ ਠਾਕਰ ਦੀ ਆਈ ਹੈ, ਲੱਗੇ ਜੈਸਲਮੇਰ ਵੀ ਠਾਕਰ ਦੀ ਆਈ ਹੈ, ਜੈਪੁਰ ਵੀ ਠਾਕਰ ਦੀ ਆਈ ਹੈ ਜੀ ਜੀ, ਜੈਪੁਰ ਹਾਂ, ਜੈਸਲਮੇਰ ਆਪਣਾ ਜੋਧਪੁਰ ਵੀ ਠਾਕਰਾਂ ਦੀ ਆਈ। ਬਿਲਕੁਲ ਸਹੀ। ਖੈਰ, ਉਹ ਮੀਰਾਂ ਤੋਂ ਬਾਅਦ ਇਹਨਾਂ ਪੱਟੀਆਂ ਨੇ ਹਕੂਮਤ ਕੀਤੀ, ਇਹਨਾਂ 28 ਸੂਬਿਆਂ ਨੇ। ਇਹਨਾਂ ਪੱਟੀਆਂ ਤੋਂ ਬਾਅਦ ਆ ਪਠਾਨ ਕੌਮ ਦੇ ਵਿੱਚ ਇੱਕ ਲੋਧੀ ਕੌਮ ਆਉਂਦੀ, ਤੁਸੀਂ ਪੜ੍ਹੇ ਲਿਖੇ ਬੰਦੇ ਜੀ ਜੀ, ਗੌਰੀਆਂ ਨੇ ਵੀ ਲੋਧੀ, ਹਾਂ ਗੌਰੀ ਲੋਧੀ ਸ਼ਾਬਦੀਨ ਗੌਰੀ ਨੇ, ਹਾਂ ਜ਼ਿਆਦਾ ਇਹਨਾਂ ਗੌਰੀਆਂ ਨੇ ਤਾਂ ਲੋਧੀਆਂ ਨੇ ਹਕੂਮਤ ਕੀਤੀ ਕਾਫੀ ਵਕਤ ਤੱਕ ਜੀ। ਉਸ ਤੋਂ ਬਾਅਦ ਚੱਲਦੀ ਚਲਾਉਣ ਦੀ ਇਹ ਮੁਗਲੀਆ ਖਾਨਦਾਨ ਦਿੱਤੀਆਂ ਨੇ ਜੀ ਜੀ, ਮੁਗਲੀਆ ਖਾਨਦਾਨ ਨੇ ਇਹਨਾਂ 28 ਸੂਬਿਆਂ ਦੀ ਹਕੂਮਤ ਕੀਤੀ, ਯਾਨੀ ਕਿ 6 ਪੁਸ਼ਤਾਂ
ਸੱਤਵੀਂ ਪੁਰਸ਼ਦ ਦੇ ਵਿੱਚ ਆ ਕੇ ਜਿਸ ਤਰ੍ਹਾਂ ਹੁਣ ਇਸ ਵਕਤ ਆਪਣਾ ਮੁਲਕ ਗਿਆ ਹੈ ਇਰਾਕ ਮੁਸਲਮਾਨਾਂ ਦਾ, ਅੰਗਰੇਜ਼ਾਂ ਦੇ ਵਿੱਚ ਚਾਰ ਮੁਲਕ ਬਦਮਾਸ਼ ਹੋ ਰਹੇ, ਹੁਣ ਚੌਥਾ ਮੁਲਕ ਹੈ ਨਾ ਜਿਹੜਾ ਆਲਮੀ ਦੁਨੀਆ 'ਚੋਂ ਬਦਮਾਸ਼ੀ ਹੋ ਰਿਹਾ ਇਸ ਵਕਤ ਅਮਰੀਕਾ ਕੋਲ, ਅਤੇ ਸਭ ਤੋਂ ਪਹਿਲਾ ਬਦਮਾਸ਼ ਅਸੀਂ ਹੈ ਵੀ ਇੱਥੇ ਰੂਸ ਜੀ ਜੀ ਅਮਰੀਕਾ ਤੋਂ ਪਹਿਲਾਂ ਰੂਸ, ਹਾਂ ਉਹ ਰੂਸ ਨੇ ਜਨਾਬ ਇਸ ਕੌਮ ਨੂੰ ਧੱਕਾ ਦੇ ਕੇ ਮੁਗਲਾਂ ਨੂੰ ਖਤਮ ਕਰਕੇ ਜਿਵੇਂ ਅਫਗਾਨਿਸਤਾਨ ਅਤੇ ਬਲੋਚਿਸਤਾਨ 'ਚ ਹੋਈ ਹੈ, ਉਸ ਤਰ੍ਹਾਂ ਕੌਮ ਨੂੰ ਧੱਕਾ ਦੇ ਕੇ ਮੁਗਲ ਤਬਾਹ ਕਰਕੇ ਅੰਗਰੇਜ਼ ਬੈਕ ਸਾਈਡ 'ਤੇ ਹੋ ਕੇ ਤੋਂ ਤਬਾਹ ਕਰਕੇ ਤੋਂ ਆਪ ਖਤਾ ਜਮਾ ਲਿਆ। ਬਰਤਾਨੀਆ ਨੇ ਫਿਰ ਇੱਥੇ ਹਕੂਮਤ ਕੀਤੀ 93 ਸਾਲ, ਹਾਂ ਨਹੀਂ ਉਹ ਤਾਂ ਇੰਡੀਆ ਦੇ ਵਿੱਚ ਨਾ 150 ਸਾਲ ਵੀ ਹਕੂਮਤ ਜਿਹੜੇ ਪਰਲਾ ਹੈ ਨਾ ਕਲਕੱਤੇ ਅਤੇ ਉਹ ਸਾਰਾ ਉੱਥੇ ਤਾਂ 150 ਸਾਲ ਵੀ ਕੀਤੀ ਹੈ ਨਾ, ਜਿਹਦੇ ਕਿ ਜੇ ਸਾਨੂੰ ਮਤਲਬ ਆਹ ਜਿਹੜਾ ਆਪਣਾ ਓਲਾ ਖਿੱਤਾ ਹੈ ਨਾ ਇੱਥੇ ਇੱਕ ਸਦੀ ਆਉਂਦੀ ਹੈ, ਔਰ ਸਾਰਿਆਂ ਤੋਂ ਬਾਅਦ ਜਿਹੜਾ ਪੰਜਾਬ ਹੈ ਜਿੰਦੀ ਹੈ ਇੱਥੇ ਪੰਜਾਬ ਦਾ ਹੀ ਸਾਰਾ ਕਾਨੂੰਨ ਚੱਲਦਾ ਨਾ ਇਸ ਦੇ ਵਿੱਚ, ਉਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਹੈ ਨਾ, ਉਹਨਾਂ ਤੇ ਆਖਰੀ ਦਮਾਂ ਦੇ ਵਿੱਚ ਮਹਾਰਾਜੇ ਦੇ ਮਰਨ ਤੋਂ ਬਾਅਦ ਫਿਰ ਇੱਥੇ ਗੋਰੇ ਦੀ ਹਿੰਮਤ ਹੋਈ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਤੱਕ ਗੋਰੇ ਨੂੰ ਉਹਨੇ ਵੜਨ ਨਹੀਂ ਦਿੱਤਾ। ਉਸ ਤੋਂ ਬਾਅਦ ਕੀ ਹੋਇਆ, ਮੁਗਲਾਂ ਤੋਂ ਬਾਅਦ ਜਨਾਬ ਇਹਨੇ ਇੱਥੇ 28 ਸੂਬਿਆਂ 'ਤੇ 93 ਸਾਲ ਹਕੂਮਤ ਕੀਤੀ ਜੀ ਜੀ, ਇਸ ਨੇ ਇਸ ਮੁਲਕ ਨੂੰ ਖਾਧਾ ਵੀ ਹੈ ਅਤੇ ਸਵਾਰਿਆ ਵੀ ਹੈ, ਮੁੜੇ ਨੇ ਮਿਸਾਲ ਆ ਦਰਿਆਵਾਂ ਦੇ ਪੁਲ ਬਣਾਏ, ਨਹਿਰਾਂ ਚਲਾਈਆਂ, ਰੇਲਵੇ ਲਾਈਨ ਚਲਾਈ, ਲੰਬੀਆਂ ਲੰਬੀਆਂ ਪੱਕੀਆਂ ਸੜਕਾਂ ਬਣਾ ਦਿੱਤੀਆਂ, ਤਾਲੀਮ ਦੇ ਅਦਾਰੇ ਖੋਲ੍ਹ ਦਿੱਤੇ, ਸਿਹਤ ਦਾ ਬੰਦੋਬਸਤ ਕਰ, ਜੀਸੀ ਕਾਲਜ ਗੋਰਿਆਂ ਨੇ ਬਣਾਇਆ, ਬਿਲਕੁਲ। ਖੈਰ ਤਾਲੀਮ ਹੈ ਜਿਹੜੀ ਇਹ ਅਕਲ ਨਾਲ ਅਤੇ ਸਮਝਦਾ ਵੀ ਇਨਸਾਨ ਦੀ ਅਕਲ ਨਾਲ ਤਲਕ ਰੱਖਦੀ, ਬੱਚਾ ਜਿਸ ਵਕਤ ਗ੍ਰੈਜੂਏਟ ਹੀ ਜਾਂਦਾ ਹੈ ਨਾ ਯੂਨੀਵਰਸਿਟੀ ਜਾਂ ਕਿਸੇ ਕਾਲਜ ਦੇ ਵਿੱਚ, ਉਸ ਵੇਲੇ ਇਹਦਾ ਉਮਰ ਵੱਲੋਂ ਵੀ ਕਮੀ ਕੋਈ ਨਹੀਂ ਹੁੰਦੀ ਅਤੇ ਤਾਲੀਮ ਵੱਲੋਂ ਵੀ ਕਮੀ ਕੋਈ ਨਹੀਂ। ਖੈਰ ਹਿੰਦੂ ਮੁਸਲਮਾਨ ਬੱਚੇ ਜੀ ਸਾਡੇ ਇਸ ਸਤਹ 'ਤੇ ਪਹੁੰਚੇ ਨਾ, ਉਹਨਾਂ ਦੀ ਅਕਲ ਨੇ ਕੰਮ ਕੀਤਾ ਕਿ ਮੁਲਕ ਸਾਡਾ ਹੈ ਸਾਡੇ ਉੱਤੇ ਸਮਝਦਾ ਵੀ ਮੁਸਲਤ ਸਾਮਰਾਜ ਗੋਰਾ, ਹਾਂ ਪਹਿਲੇ ਉਹ ਤੁਸੀਂ ਗੱਲ ਕਰਦੇ ਪਏ ਨੇ, ਮੈਂ ਮਾਫੀ ਚਾਹੁੰਦਾ ਵਿੱਚ ਬੋਲ ਪਈ ਹਾਂ, ਪਹਿਲੇ ਤਾਂ ਕਾਂਗਰਸ ਦੇ ਥਰੂ ਇਹਨਾਂ ਸਾਰਿਆਂ ਨੇ ਤਰੀਕ ਚਲਾਈ ਨਾ, ਗੱਲ ਤਾਂ ਸੁਣੋ ਉਹ ਵੀ ਗੱਲ ਜੀ ਜੀ ਤੁਸੀਂ ਹੌਸਲੇ ਨਾਲ ਸੁਣੋ ਤੁਸੀਂ। ਖੈਰ ਇਹਨਾਂ ਜਨਾਬ ਆਪਸ ਦੇ ਵਿੱਚ ਦੋ ਮੁਸਲਮਾਨਾਂ ਨੇ ਮੀਟਿੰਗ ਕਰਕੇ ਦਾ, ਅਤੇ ਉਹ ਜਿਹੜੇ ਤਾਲੀਮ ਯਾਫਤਾ ਬੱਚੇ ਸਨ ਅਤੇ ਪੜ੍ਹਦੇ ਸਨ, ਉਹਨਾਂ ਨੇ ਆਪਸ ਦੇ ਵਿੱਚ ਮਨਸੂਬਾ ਬਣਾ ਕੇ ਤਿਆਰ ਇੱਕ ਛੋਟੀ ਜਿਹੀ ਤਾਰੀਖ ਚਾਲੂ ਕਰ, ਵੱਡੇ ਵੱਡੇ ਸ਼ਹਿਰਾਂ ਦੇ ਛੋਟੇ ਛੋਟੇ ਦਫ਼ਤਰ ਖੋਲ੍ਹੇ ਅਤੇ ਕਮੇਟੀਆਂ ਬਣਾ ਕੇ ਹਿੰਦੂ ਮੁਸਲਮਾਨਾਂ ਨਾਲ ਕੇ, ਬਿਲਕੁਲ। ਖੈਰ ਉਹ ਕਾਫੀ ਗੁਜ਼ਰ ਗਏ, ਤਾਰੀਖ ਚੱਲਦੀ ਰਹੀ ਲੇਕਿਨ ਕਾਮਯਾਬੀ ਨਾ ਹੋਈ, ਤਾਰੀਖ ਉਹਨਾਂ ਚਾਲੂ ਰੱਖੀ, ਚੱਲਦਾ ਚਲਾਉਂਦਾ ਵਕਤ ਕਿੱਦਾਂ ਆ ਗਿਆ, ਕੈਦ ਆਜ਼ਮ ਦਾ, ਖਾਨ ਲਿਆਕਤ ਅਲੀ ਖਾਨ ਦਾ, ਆ ਵੀ ਅਲਾਮਾ ਇਕਬਾਲ ਦਾ, ਮਹਾਤਮਾ ਗਾਂਧੀ ਦਾ ਅਤੇ ਨਹਿਰੂ ਜਵਾਹਰ ਲਾਲ ਦਾ ਜੀ। ਉਸ ਵਕਤ ਜਨਾਬ ਇਹਨਾਂ ਨੇ ਜ਼ੋਰ ਲੈ ਕੇ ਅਤੇ ਇਹਨਾਂ ਚੰਗੇ ਆਦਿਆਂ ਦਫ਼ਤਰਾਂ ਦੇ ਵਿੱਚ ਵਾਹਵਾ ਤਕਰੀਰਾਂ ਕਰਨ ਲੱਗ ਗਏ, ਜਲਸੇ ਕਰਨ ਲੱਗ ਗਏ, ਮੁਲਕ ਦੀ ਆਵਾਮ ਹਿੰਦੂ ਮੁਸਲਮਾਨ ਨੇ ਤਵਜੋ ਦਿੱਤੀ ਵੀ ਇਹਨਾਂ ਬੱਚਿਆਂ ਦਾ ਕੀ ਮੁਤਾਲਬਾ ਹੈ, ਜਿਸ ਨੂੰ ਨੇੜੇ ਹੋ ਕੇ ਸਮਝਿਆ ਵੀ ਬੱਚਿਆਂ ਦਾ ਤਾਂ ਮੁਤਾਲਬਾ, ਸਰਮਾਏਦਾਰ ਲੋਕ ਅਤੇ ਜੰਗੀਰਦਾਰ ਲੋਕ ਇਹਨਾਂ ਨੂੰ ਚੰਦਾ ਦੇਣ ਲੱਗ ਗਏ, ਜਦੋਂ ਚੰਦਾ ਦੇਣਾ ਸ਼ੁਰੂ ਕਰ ਲਿਆ ਤਾਂ ਉਹਨਾਂ ਦੀ ਕਾਫੀ ਸਾਰੀ ਤਨਜ਼ੀਮ ਮਜ਼ਬੂਤ ਹੋ ਗਈ ਪੈਸੇ ਨਾਲ, ਉਹਨਾਂ ਕਰਾਚੀ ਤੋਂ ਲੈ ਕੇ ਅਤੇ ਕਲਕੱਤੇ ਤੱਕ ਹਰ ਵੱਡੇ ਸ਼ਹਿਰ ਦੇ ਵਿੱਚ ਆਪਣਾ ਦਫ਼ਤਰ ਖੋਲ੍ਹ ਕੇ ਕਮੇਟੀਆਂ ਕਾਇਮ ਕਰ ਸਕੀ।
ਚੰਦਰ ਦੇਣਾ ਸ਼ੁਰੂ ਕਰਤੇ ਹਿੰਦੂ ਮੁਸਲਮਾਨਾਂ ਬੇ ਨਾ ਮੁਤਾਲਬਾ ਅੰਗਰੇਜ਼ ਨੂੰ ਕਰਨਾ ਚਾਹੀਦਾ। ਉਸ ਵਕਤ ਜਿਸ ਵੇਲੇ ਤਾਕਲ ਹੈ ਵੀ ਸਾਡੀ ਤਾਰੀਖ ਜਿਹੜੀ ਔਰ ਮਜ਼ਬੂਤ ਹੈ ਅੰਗਰੇਜ਼ ਦੇ ਖਿਲਾਫ਼ ਬਰਤਾਨੀਆ ਦੇ ਜਲੂਸ ਆਮ ਸ਼ਰਿਆਮ ਕੱਢਣ ਲੱਗ ਗਈ। ਬਰਤਾਨੀਆ ਨੇ ਤੱਕਿਆ ਵੀ ਇਹ ਕੌਮ ਜਾਗ ਪਈ। ਅੱਛਾ ਉਹਦੇ ਆਪਣੀ ਕੌਮ ਦੇ ਇਸ 28 ਸੂਬਿਆਂ ਦੇ ਮੁਲਕ ਦੇ ਵਿੱਚ ਮੋਟੇ ਮੋਟੇ ਪੁਰਜ਼ੇ ਹਕੂਮਤ ਦੇ ਬਾਕੀ ਸਾਰੇ ਯਾਨੀ ਕਿ ਇੱਥੋਂ ਦੀ ਆਵਾਮ ਹੈ ਹਿੰਦੂ ਮੁਸਲਮਾਨ ਜੀ। ਉਹਨੇ ਆਖਿਆ ਵੀ ਹੁਣ ਇਹਨਾਂ ਦਾ ਇੰਟਰਵਿਊ ਲਵਾਂ ਦੇਖੀ ਚਾਹ। ਉਹਨੇ ਹਰ ਡਿਪਾਰਟਮੈਂਟ ਨੂੰ ਹਰ ਜ਼ਿਲ੍ਹੇ ਦੇ ਡਿਪਾਰਟਮੈਂਟ ਨੂੰ ਦਾਵਤ ਦੇ ਕੇ ਹਰ ਸੂਬੇ ਦੇ ਨੂੰ ਉਹ ਪੁੱਛਿਆ ਵੀ ਆਵਾਮ ਵਿਗੜੀ ਖੜੀ ਅਤੇ ਮੇਰੇ ਨਾਲ ਲੜੂਗੇ ਤਾਂ ਤੁਸੀਂ ਕੀ ਕਰ ਸਕੋ। ਉਹਨੇ ਆਖਿਆ ਜੀ ਆਵਾਮ ਦੇ ਵਿੱਚੋਂ ਹੀ ਅਸੀਂ ਹਾਂ ਤਾਂ ਸਾਡਾ ਹੀ ਇਹ ਮੁਲਕ ਹੈ। ਅਗਰ ਆਵਾਮ ਤੇਰੇ ਨਾਲ ਲੜੇ ਨਾ ਤਾਂ ਅਸੀਂ ਆਵਾਮ ਦਾ ਸਾਥ ਦੇ ਸਾਂ ਤੇਰਾ ਸਾਥ ਤੇਰਾ ਨਹੀਂ ਦਿੰਦੇ। ਖੈਰ ਉਹਨੂੰ ਪੱਕ ਹੋ ਗਿਆ ਵੀ ਕੌਮ ਜਾਗ ਪਈ। ਹੁਣ ਮੈਂ ਇਹਨਾਂ ਨੂੰ ਕੋਈ ਗੇੜਾ ਦੇਵਾਂ ਜੇ ਗੇੜੇ 'ਚ ਆ ਗਏ ਤਾਂ ਬਿਹਤਰ ਹੀ ਨਹੀਂ ਤਾਂ ਫਿਰ ਛੱਡ ਲਿਆ ਸਾਂ ਮੇਰੇ ਕਿਹੜਾ ਪਿਓ ਦੀ। ਖੈਰ ਉਹਨੇ ਜਿਹੜੇ ਲੀਡਰ ਸਨ ਹਿੰਦੂ ਮੁਸਲਮਾਨਾਂ ਦੇ ਵਿੱਚੋਂ ਤਾਲੇ ਬਿਲਮਾਂ ਦੇ ਉਹਨਾਂ ਨੂੰ ਦਾਵਤ ਦੇ ਕੇ ਅਤੇ ਉਹਨਾਂ ਨੂੰ ਸੱਦ ਲਿਆ। ਮਹਿਕਮਾ ਸਾਰਿਆਂ ਦਾ ਇੰਟਰਵਿਊ ਲੈ ਲਏ। ਹਾਂ ਵੀ ਤੁਸੀਂ ਜਿਹੜਾ ਮਿਸਾਲ ਇੱਥੇ ਸ਼ੋਰ ਪਾਉਂਦੇ ਜੇ ਤੁਹਾਡਾ ਕੀ ਮਕਸਦ। ਉਹਨਾਂ ਆਖਿਆ ਸਾਡਾ ਮਕਸਦ ਹੈ ਤੂੰ ਬਿਲਾ ਵਜ੍ਹਾ ਸਾਡੇ ਤੋਂ ਮੁਸਲਤ ਆਖਣਾ ਅਤੇ ਸਾਡੇ ਕੋਲ ਗੁਲਾਮੀ ਕਰਾਉਣਾ ਮੁਲਕ ਸਾਡਾ ਹੈ ਸਾਡੀ ਜਾਨ ਛੱਡੋ ਸਾਡਾ ਤਾਂ ਤੂੰ ਇੱਥੋਂ ਨਿਕਲ ਅਤੇ ਇਹਨੂੰ ਖਾਲੀ ਕਰ ਸਾਡਾ। ਉਹਨਾਂ ਆਖਿਆ ਤੁਸੀਂ ਇਹ ਨਾ ਕਰੋ। ਮੈਂ ਇਹਦੇ 'ਤੇ ਮਿਹਨਤ ਕੀਤੀ ਸੀ ਸਾਰੀ ਅਤੇ ਮੈਂ ਕਿ ਇਨਸਾਫ਼ ਦੀ ਗੱਲ ਕਰਨਾ ਆਪਾਂ ਉਹਦੇ 'ਤੇ ਅਮਲ ਕਰ ਲਈ। ਉਹਨਾਂ ਕਿਹਾ ਚਲੋ ਕਰ ਜੀ। ਇਸ ਤੋਂ ਪਹਿਲੇ ਆਪਣੇ ਇਸ ਮੁਲਕ ਦੇ ਵਿੱਚ ਇਲੈਕਸ਼ਨ ਕੋਈ ਨਹੀਂ ਹੁੰਦਾ ਇੱਥੇ ਬੁਨਿਆਦ ਰੱਖੀ। ਉਹਨੇ ਆਖਿਆ ਵੀ ਤੁਸੀਂ ਮੇਰੇ ਨਾਲ ਇਲੈਕਸ਼ਨ ਲੜ ਲਓ ਮੁਲਕ ਤਾਂ ਇਸੇ ਦੀ ਵੋਟ ਪੈਣਾ ਇਹਨਾਂ ਆਵਾਮ ਦੇ। ਅਗਰ ਆਵਾਮ ਨੇ ਮੈਨੂੰ ਚਾਹਿਆ ਮੈਂ ਜਿੱਤ ਗਿਆ ਤਾਂ ਸਾਫ਼ ਮੇਰਾ ਆ ਕੇ ਮੈਂ ਕਰਦਾ ਅਤੇ ਜੇ ਤੁਸੀਂ ਜਿੱਤ ਗਏ ਤਾਂ ਮੈਂ ਜਨਾਬ ਛੱਡ ਦੇ। ਉਹਨਾਂ ਨੇ ਬਕਾਇਦਾ ਜਨਾਬ ਐਗਰੀਮੈਂਟ ਉੱਧਰ ਉੱਧਰ ਲਿਖ ਲਓ। ਖੈਰ ਆਪਾਂ ਦੀਆਂ ਤਾਰੀਖਾਂ ਦਾ ਨਾਮ ਮੁਕਰਰ ਕਰੋ ਜੀ। ਬਰਤਾਨੀਆ ਨੇ ਕਾਂਗਰਸ ਰੱਖ ਲਿਆ ਇਹਨਾਂ ਸਾਰਿਆਂ ਨੇ ਮੁਸਲਿਮ ਲੀਗ ਰੱਖਿਆ ਅਤੇ ਕੈਦ ਆਜ਼ਮ ਨੂੰ ਆਪਦਾ ਲੀਡਰ ਬਣਾ ਲਿਆ। ਇਹ ਦੋ ਮੁਸਲਮਾਨ ਸਾਰਿਆਂ ਨਾਲ ਇਹਨਾਂ ਜਨਾਬ ਆਪਣੇ ਆਪਣੇ ਕੰਪਿਆਂ ਨਾਲ ਸ਼ੁਰੂ ਕਰ ਦਿੱਤੇ। ਸਾਡੇ ਚੰਦ ਮੁਸਲਮਾਨ ਵੀ ਅਭੀ ਅਤੇ ਹਿੰਦੂ ਵੀ ਇਹ ਕਈ ਅੰਗਰੇਜ਼ ਦੇ ਪਿੱਠੂ ਬਣੇ ਵੋਟ ਉਹਨੂੰ ਵੀ ਇਹਨਾਂ ਦਿੱਤੇ ਲੇਕਿਨ ਜ਼ਿਆਦਾ ਕੌਮ ਦੀ ਤਵਾਜੋ ਇਸ ਪਾਸੇ ਆਈ ਯਾਨੀ ਕਿ ਮੁਸਲਿਮ ਲੀਗ ਜਿੱਤ ਕੇ ਕਾਂਗਰਸ ਹਾਰੀ। ਜਿਸ ਵੇਲੇ ਕਾਂਗਰਸ ਹਾਰੀ ਅਭੀ ਅਤੇ ਉਹ ਮਿਸਾਲ ਅਨਾਊਂਸਮੈਂਟ ਹੋਈ ਉਸ ਵੇਲੇ ਹਟਾ ਕੇ ਇਹਨਾਂ ਲੀਡਰਾਂ ਉਹਦੇ ਨਾਲ ਗੱਲ ਕੀਤੀ। ਹੁਣ ਗੱਲ ਕਰ ਦਿਓ ਉਹਨਾਂ ਕਿਹਾ ਹੁਣ ਤੁਸੀਂ ਇੱਕ ਮਿਹਰਬਾਨੀ ਹੋਰ ਕਰੋ ਲੜਾਈ ਚੰਗੀ ਸ਼ਾਇਦ ਨਹੀਂ ਅਭੀ ਅਤੇ ਆਪਾਂ ਇਹਦਾ ਅਮਨ ਅਮਾਨਿਆਂ ਨੂੰ ਦਾਣਾ ਫੈਸਲਾ ਕਰ ਲਿਆ। ਉਹਨੇ ਕਿਹਾ ਕਿ ਉਹਨਾਂ ਕਿ ਤੁਸੀਂ ਜਿੱਤ ਸਕਣ ਮੁਲਕ ਤੁਹਾਡਾ ਲੇਕਿਨ ਮੈਂ ਇਹਦੇ 'ਤੇ ਮਿਹਨਤ ਬੜੀ ਕੀਤੀ ਹੈ ਮੈਨੂੰ ਸਿਰਫ 2 ਸਾਲ ਟਾਈਮ ਦੇ ਦਿਓ ਮੇਰੇ ਕੋਲ ਲਿਖ ਪੜ ਲਏ ਵੀ ਲਓ ਤੁਸੀਂ ਦੇ ਦਿਓ। ਉਸ ਵੇਲੇ ਇਹਨਾਂ ਆਪਸ 'ਚ ਮੀਟਿੰਗ ਕੀਤੀ ਫਿਰ ਲੜਾਈ ਨਾਲੋਂ ਬਿਹਤਰ ਹੈਗੀ ਜੀ ਇੰਨੇ ਸਾਲ ਆਪਾਂ ਹਕੂਮਤ ਦੀ ਬਰਦਾਸ਼ਤ ਕੀਤੀ 2 ਸਾਲ ਹੋਰ ਕਰ ਲੈਂਦੇ। ਖੈਰ ਉਹ ਜੇ ਵਾਅਦਾ ਹੋ ਗਿਆ ਬਕਾਇਦਾ ਡੇਟਾਂ ਫਿਕਸ ਹੋ ਗਿਆ ਉਹਦੇ ਪੂਰੇ ਸਾਮ ਲੈ ਵੀ ਲਿਆ ਇੱਥੇ ਰਿਜ਼ਲਟ ਤਾਂ ਆ ਗਿਆ ਵੀ ਨਫ਼ਰੀ ਹਿੰਦੂ ਦੀ ਜ਼ਿਆਦਾ ਹੈ ਜੀ ਜੀ ਅੱਖ ਹਰ ਕਿਸੇ ਦੀ ਖੁੱਲ੍ਹ ਗਈ ਇਲੈਕਸ਼ਨ ਹੋ ਗਿਆ ਵੀ ਜਿਹਦੀ ਨਫ਼ਰੀ ਜ਼ਿਆਦਾ ਹਕੂਮਤ ਦਾ ਹੱਕਦਾਰ ਹੋਵੇ। ਇੱਥੇ ਜਨਾਬ ਮੁਸਲਮਾਨਾਂ ਲੀਡਰਾਂ ਆਪਸ ਦੇ ਵਿੱਚ ਬਹਿ ਕੇ ਮੀਟਿੰਗ ਕੀਤੀ ਅਭੀ
ਇਹ ਤਾਂ ਕੰਜਰ ਹੈ ਜੇ ਵਾਹ ਵਾਹ ਤੇ ਇਹਨਾਂ ਦੀ ਨਫ਼ਰੀ ਕਰਨੀ ਅੱਖ ਖੁੱਲ੍ਹ ਗਈ ਸੁਣਦਾ ਹਰ ਕਿਸੇ ਨੂੰ ਪਤਾ ਲੱਗ ਗਿਆ ਵੀ ਇਹਦੀ ਅਕਸਰੀਅਤ ਹਕੂਮਤ ਹੁੰਦੀ ਹੈ ਜਮਹੂਰੀ ਬੁਨਿਆਦਾਂ ਤੇ ਇਹਨਾਂ ਦੇ ਜਾਣ ਤੋਂ ਬਾਅਦ ਆਪਾਂ ਇਹਨਾਂ ਕੋਲ ਪੁੱਛਣਾ ਤੇ ਇਹਨਾਂ ਨੇ ਆਖਣਾ ਜੀ ਅਕਸਰੀਅਤ ਸਾਡੀ ਸਾਡਾ ਹੱਕ ਬਣਦਾ ਤੇ ਜੇ ਆਪਾਂ ਪਾਇਆ ਲਾੜ ਇਹ ਇੱਥੇ ਵਿੱਚ ਹੀ ਇਹ ਕਬਜ਼ਾ ਰਹਿੰਦਾ ਹੈ ਮੁੜ ਆਪਣੇ ਤੋਂ ਨਿਕਲਣਾ ਨਹੀਂ ਬਿਲਕੁਲ ਆਪਾਂ ਹੁਣ ਇਹਦੇ ਵਾਸਤੇ ਕੋਈ ਹੱਲ ਸੋਚੀਏ ਆਪਸ ਬਹਿ ਕੇ ਤਸਫੀਆ ਕੀਤਾ ਜੇ ਤਾਂ ਉਹਨਾਂ ਆਖਿਆ ਵੀ ਕਹਿਦੇ ਆਜ਼ਮ ਨੂੰ ਆਪਾਂ ਲੀਡਰ ਬਣਾਇਆ ਹਕੂਮਤ ਕਹਿਦੇ ਆਜ਼ਮ ਕਰੇ ਮੁੜ ਸਾਹਿਬ ਫਾਬਿਆ ਅਤੇ ਜੇ ਉਹਨਾਂ ਆਖਿਆ ਨਹੀਂ ਜੀ ਅਕਸਰੀਅਤ ਸਾਡੀ ਹੈ ਹਕੂਮਤ ਅਸੀਂ ਕਰ ਸਾ ਤਾਂ ਮੁੜ ਆਪਾਂ ਨੂੰ ਨਹੀਂ ਰਹਿ ਦੇ ਸਾਹਿਬ ਆਪਾਂ ਨੂੰ ਵੰਡ ਲਈਏ ਲੜੀਏ ਨਾ ਉਹਨਾਂ ਜਨਾਬ ਇਕੱਠੇ ਹੋ ਕੇ ਦੂ ਲੀਡਰਾਂ ਨੂੰ ਦਾਵਤ ਦਿੱਤੀ ਮੁਸਲਮਾਨ ਸਾਰੇ ਇਕੱਠੇ ਹੋ ਗਏ ਲੀਡਰ ਜਿਹੜੇ ਸਨ ਉਹਨਾਂ ਨਾਲ ਗੱਲ ਕੀਤੀ ਉਹਨਾਂ ਕਿ ਸਾਹਿਬ ਸਾਰੇ ਵਾਲਾ ਆਪਣੇ ਰੂਬਰੂ ਫੈਸਲਾ ਆਇਆ ਜਿਹੜੀ ਅਕਸਰੀਅਤ ਹਕੂਮਤ ਉਹਨੇ ਕਰਨੀ ਉਹਨਾਂ ਕਿਹਾ ਯਾਰ ਇਹ ਇੱਥੇ ਆਪਾਂ ਲੜਸਾਂ ਅਤੇ ਇਹ ਅਜੇ ਵਿੱਚ ਇਹ ਮੁੜ ਆਪਣੇ ਤੋਂ ਨਿਕਲਣਾ ਨਹੀਂ ਤਾਂ ਆਪਣੀ ਤਾਂ ਕੀਤੀ ਕਤਾਈ ਪਿਛਲਿਆਂ ਦੀ ਵੀ ਅਤੇ ਆਪਣੀ ਵੀ ਤਾਂ ਸਾਰੀ ਤਾਂ ਹੈਗੇ ਹੁਣ ਆਪਾਂ ਇਹਨੂੰ ਬਹਿ ਕੇ ਨਾ ਅਤੇ ਇਤਫਾਕ ਨਾਲ ਵੰਡ ਲਏ ਉਹਨੇ ਆਖਿਆ ਜੀ ਵੰਡ ਕਿਵੇਂ ਕਰੀਏ ਉਹ ਰਾਇ ਦਿੱਤੀ ਇੱਕ ਦੂਜੇ ਉਹਨਾਂ ਦੇ ਰਾਇ ਰਲ ਗਈ ਵੀ ਆਪਾਂ ਐਵੇਂ ਕਰੀਏ ਮਾਲਕ ਗੈਰ ਮਾਲਕ ਦਾ ਕੋਈ ਸਵਾਲ ਨਹੀਂ ਨਫ਼ਰੀ ਦੀ ਤਾਦਾਦ ਵੀ ਲੈ ਲਈਏ ਵੀ ਇਸ ਮੁਲਕ 'ਚ ਹਿੰਦੂ ਦੀ ਕੀਤੀ ਹੈ ਅਤੇ ਮੁਸਲਮਾਨ ਦੀ ਕੀਤੀ ਹੈ ਅਤੇ ਰਿਕਾਰਡ ਆਪਣੇ ਕੋਲ ਪਿਆ ਹੈ ਆਪਾਂ ਇਹ ਰਕਬੇ ਤਾਦਾਦ ਵੀ 2800 ਰੁਪਏ ਨਹੀਂ ਕਰ ਲੈਂਦੇ ਉਹਨਾਂ ਕਿਹਾ ਠੀਕ ਨਾਲ ਇਹ ਸ਼ੱਕ ਰੱਖੀ ਗਈ ਵੀ ਜਿਸ ਖਿੱਤੇ ਦੇ ਵਿੱਚ ਮੁਸਲਮਾਨ ਦੀ ਅਕਸਰੀਅਤ ਹੈ ਉਹ ਮੁਸਲਮਾਨ ਨੂੰ ਦਿੱਤਾ ਜਾਵੇ ਜਿੱਥੇ ਹਿੰਦੂ ਦੀ ਜ਼ਿਆਦਾ ਹੈ ਉਹ ਹਿੰਦੂ ਨੂੰ ਦਿੱਤਾ ਜਾਵੇ ਬਿਲਕੁਲ ਖੈਰ ਜੀ ਉਹ ਦੋ ਚੀਜ਼ਾਂ ਦਾ ਯਾਨੀ ਕਿ ਇਹਨਾਂ ਦੇ ਕੋਲ ਮੈਦਾਨ ਰਲ ਗਿਆ ਮੈਦਾਨ ਰਲਣ ਤੋਂ ਬਾਅਦ ਇਹਨਾਂ ਨੇ ਹਿਸਾਬ ਕਿਤਾਬ ਕੀਤਾ ਨਫ਼ਰੀ ਹਿੰਦੂ ਦੀ ਜ਼ਿਆਦਾ ਹੀ ਇਹਨਾਂ ਨੇ ਵੰਡ ਕੀਤੀ 10 ਸੂਬੇ ਮੁਸਲਮਾਨਾਂ ਨੂੰ ਆਏ ਅਤੇ 18 ਸੂਬੇ ਹਿੰਦੂਆਂ ਨੂੰ ਮੁਸਲਮਾਨਾਂ ਦੀ ਅਕਸਰੀਅਤ ਇੱਥੇ ਜ਼ਿਆਦਾ ਆਈ ਇਹਨਾਂ 4 ਸੂਬਿਆਂ 'ਚ ਇਹ 4 ਸੂਬੇ ਦਿੱਤੇ ਗਏ ਇਹ ਬਣ ਗਿਆ ਮਗਰਬ ਪਾਕਿਸਤਾਨ ਬੰਗਾਲ ਅਤੇ ਬਿਹਾਰ ਬਿਲਕੁਲ ਉਹ 4 ਸੂਬੇ ਮੁਸਲਮਾਨ ਦੀ ਅਕਸਰੀਅਤ ਜ਼ਿਆਦਾ ਆਈ ਔਰ 6 ਸੂਬੇ ਉਹ 6 ਉਹ ਇਹਨਾਂ ਦਿੱਤੇ ਗਏ ਉਹ ਮਸ਼ਰਕੀ ਪਾਕਿਸਤਾਨ ਬਣ ਗਿਆ ਇਹਦੇ ਜਨਾਬ ਵੰਡ ਹੈ ਜਿਹੜੀ ਇਹ ਫਿਰ ਇਹਨਾਂ ਇਸ ਤਰੀਕੇ ਕੀਤੀ ਬਿਲਕੁਲ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਿਆ ਹਿੰਦੂ ਉੱਧਰ ਜਾਂਦੇ ਰਹੇ ਮੁਸਲਮਾਨ ਇੱਧਰ ਆ ਗਏ ਮਾਲਕ ਗੈਰ ਮਾਲਕ ਦਾ ਤਾਂ ਪਤਾ ਨਾ ਲੱਗਿਆ ਹਕੂਮਤ ਨੇ ਸੰਭਲਿਆ ਵੀ ਆਵਾਮ ਨੂੰ ਵੀ ਸਾਹਮਣਾ ਅਤੇ ਜ਼ਮੀਨ ਵੀ ਆਬਾਦ ਕਰਨੀ ਆਈ ਉਹਨਾਂ ਨੇ ਹਿੰਦੂਆਂ ਦੀ ਜ਼ਮੀਨ ਜਿਹੜੇ ਲੋਕ ਉਹ ਤੋਂ ਸ਼ਿਫਟ ਹੋ ਕੇ ਮੁਹਾਜਰ ਆਇਆ ਚਾਹੇ ਕੋਈ ਪਾਵੜੀ ਆ ਅਤੇ ਚਾਹੇ ਬਰਸੀ ਆ ਅਤੇ ਚਾਹੇ ਨਾਈ ਆ ਉਹਨਾਂ ਨੇ ਕਿਧਰੇ ਕਿਲ੍ਹਾ ਜੀ ਦੀ ਵੰਡ ਕਰਤੀ ਅਤੇ ਕਿਧਰੇ 12 ਕਿਲ੍ਹੇ ਦੀ ਲਾਟ ਦਿੱਤੀ ਉਹ ਆਰਜ਼ੀ ਲਾਟ ਹੋ ਗਿਆ ਜੀ ਉਸ ਤੋਂ ਬਾਅਦ ਗੌਰਮੈਂਟ ਨੇ ਮੁਕੰਮਲ ਰਿਕਾਰਡ ਮੁਹੱਈਆ ਕੀਤਾ ਰਿਕਾਰਡ ਰੂਮ ਲਾਹੌਰ ਦੇ ਵਿੱਚੋਂ ਹੈ ਵੀ ਉਹ ਜਿਹੜੇ ਮਾਲਕ ਹੈ ਉਹਦੇ ਵਾਸਤੇ ਛੋਟੇ ਵੱਡੇ ਵਾਸਤੇ ਲੋਕਲ ਅਤੇ ਮਾਜਰ ਵਾਸਤੇ ਸ਼ੇਕਰ ਵਾਸਤੇ ਜਾਰੀ ਸਰਾਤ ਵਾਲੇ ਉਸ ਵਾਲੇ ਸਿਲਸਿਲਾ ਅਲਾਟਮੈਂਟ ਦਾ ਸ਼ੁਰੂ ਕਰਤਾ ਅਤੇ ਜਿਹਨਾਂ ਦੇ ਮਗਰ ਪਿਓ ਦਾ ਲਿਹਾ ਹੀ ਕੋਈ ਨਹੀਂ ਲੋਮਾਂ ਦੀ ਉਹ ਲਿਹਾਜ਼ ਦੇ ਰਾਣੇ ਬਣ ਗਏ ਉਹਨਾਂ ਨੂੰ ਆਖਿਆ ਵੀ ਤੁਸੀਂ ਖਤਰਾ ਕਰ ਤੁਸੀਂ ਸਾਰੇ ਮੈਂ ਤਾਂ ਪੁੱਤਰ ਇੱਥੇ ਗੱਲ ਯਾਦ ਹੈ ਨਹੀਂ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਬਹੁਤ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੀ ਜੀ ਦੋਸਤੋ ਐਸਡ ਬਾਬਾ ਬਾਗ ਅਲੀ ਅਤੇ ਯਕੀਨਨ ਇੱਕ ਉਹਨਾਂ ਦੀ ਜੋ ਸੁਣਾ ਰਹੇ ਸੀ ਉਹਨਾਂ ਨੂੰ ਸੁਣ ਕੇ ਮੈਨੂੰ ਇਹ ਅਹਿਸਾਸ ਹੁੰਦਾ ਵੀ ਆ ਵੀ ਅੱਜ ਦਾ PhD ਔਰ ਜਿਸ ਨੇ ਕੋਈ ਹਿਸਟਰੀ ਦੇ ਵਿੱਚ PhD ਕੀਤੀ ਹੋਵੇ ਸ਼ਾਇਦ ਉਹ ਇਤਨੇ ਇਤਮਾਦ ਨਾਲ ਹਿਸਟਰੀ ਨੂੰ ਨਾ ਦੱਸ ਸਕੇ ਹੁਣ ਇੱਥੇ 2 ਚੀਜ਼ਾਂ ਹਨ ਇੱਕ ਤਾਂ ਹੈ ਕਿ ਕਿਆ ਇਹ ਹਿਸਟਰੀ 100% ਸੱਚ ਹੈ ਇਹਦੇ 'ਤੇ ਗੱਲ ਹੋ ਸਕਦੀ ਹੈ ਲੇਕਿਨ ਦੂਸਰਾ ਇਹ ਹੈ ਕਿ ਹਿਸਟਰੀ ਨੂੰ ਕੋਈ ਬਿਆਨ ਵੀ ਤਾਂ ਕਰੇ ਨਾ ਉਹ ਬਿਆਨ ਕਰਨ ਵਾਲੇ ਸਾਨੂੰ ਲੱਭਦੇ ਹੀ ਨਹੀਂ ਉਹ ਅੱਜ ਵੀ ਜਿਹੜੀ ਨਵੀਂ ਨਸਲ ਜਿਹੜੀ ਪੜ੍ਹੀ ਲਿਖੀ ਹੈ ਉਹਨਾਂ 'ਚ ਇੰਤਹਾ ਦੀ ਇਤਮਾਦ ਦੀ ਕਮੀ ਹੈ ਦੋ ਫਿਕਰੇ
ਉਹ ਆਪਣੀ ਤਾਰੀਖ ਬਾਰੇ, ਆਪਣੀ ਸਕਾਫਤ ਬਾਰੇ, ਆਪਣੀ ਜ਼ਬਾਨ ਬਾਰੇ ਉਹ ਨਹੀਂ ਬੋਲ ਸਕਦੇ। ਇਹ ਬੋਲ ਰਿਹਾ ਸੀ ਤਾਂ ਮੇਰਾ ਦਿਲ ਕਰ ਰਿਹਾ ਵੀ ਮੈਂ ਇਹਨਾਂ ਨੂੰ ਸੁਣਦਾ ਰਹਾਂ, ਬੋਲਦਾ ਰਹਾਂ, ਚੁੱਪ ਨਾ ਹੋਵਾਂ। ਉਹਦੇ ਪਿੱਛੇ ਦੋ ਵਜ੍ਹਾ ਨੇ, ਇੱਕ ਤਾਂ ਪੂਰਾ ਇਤਮਾਦ ਜਿਹੜਾ ਕਿ ਇੱਥੋਂ ਦੇ ਇੱਕ ਇਨਸਾਨ ਦਾ ਰਿਹਾ ਹੈ ਸਾਡੀ ਰਹਿਤਲ ਦੇ ਵਿੱਚ, ਜੋ ਇਹ ਰਹਿਤਲ ਹੈ ਉਸਨੂੰ ਇਤਮਾਦ ਦਿੰਦੀ ਹੈ, ਉਹ ਪੂਰਾ ਇਤਮਾਦ ਉਹਨਾਂ ਦੀ ਗੱਲਬਾਤ ਦੇ ਵਿੱਚ ਹੈ। ਦੂਸਰਾ, ਉਹਨਾਂ ਦੀ ਐਡੀ ਸੋਹਣੀ ਪੰਜਾਬੀ ਵੀ ਸਾਡੇ ਤੋਂ ਐਡੀ ਸੋਹਣੀ ਪੰਜਾਬੀ ਬੋਲੀ ਨਹੀਂ ਜਾਂਦੀ। ਅਸੀਂ ਵਿੱਚ ਰੜਾ ਲੈ ਆਉਣਾ, ਕਿਤੇ ਉਰਦੂ ਆ ਜਾਸੀਂ, ਕਿਤੇ ਅੰਗਰੇਜ਼ੀ ਆ ਜਾਸੀਂ, ਲੇਕਿਨ ਇਹ ਐਡੀ ਸੋਹਣੀ ਪੰਜਾਬੀ, ਮੇਰਾ ਦਿਲ ਕਰਦਾ ਹੈ ਕਿ ਐਸੀਆਂ ਚੀਜ਼ਾਂ ਮੈਂ ਰਿਕਾਰਡ ਕਰਦਾ ਰਹਾਂ ਔਰ ਉਹ ਤੁਹਾਨੂੰ ਸੁਣਾਉਂਦਾ ਰਹਾਂ, ਕਿਉਂਕਿ ਤੁਹਾਡੀ ਇੱਕ ਤਾਂ ਹਿਸਟਰੀ ਦਰੁਸਤ ਹੁੰਦੀ ਰਹੇ ਔਰ ਉਸ ਹਿਸਟਰੀ ਦੇ ਅੰਦਰ ਕਈ ਸਵਾਲ, ਉਹ ਮੈਂ ਕਹਿ ਰਹੀ ਹਾਂ, ਸਵਾਲ ਹੋ ਸਕਦੇ ਨੇ ਕਿ ਫਲਾਣਾ ਵਾਕਿਆ ਇਸ ਤਰ੍ਹਾਂ ਨਹੀਂ ਹੈ, ਫਲਾਣਾ ਵਾਕਿਆ ਉਹ ਵਾਕਿਆ ਹਰ ਤਾਰੀਖਦਾਨ ਆਪਣੇ ਐਂਗਲ ਤੋਂ ਉਹਨੇ ਦੇਖਿਆ, ਸੱਚ ਨੂੰ ਨਿਤਾਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਇਹ ਹੈ ਕਿ ਜਿਸ ਸਟਾਈਲ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ, ਇਹ ਯਕੀਨਨ ਉਹ ਮੇਰਾ ਦਿਲ ਕਰਦਾ ਕਿ ਬਾਰ ਬਾਰ ਸੁਣਾ। ਅਗਲੀ ਕਿਸੇ ਮੀਟਿੰਗ ਦੇ ਵਿੱਚ ਰੱਬ ਇਹਨਾਂ ਦੀ ਸਿਹਤ ਸਲਾਮਤ ਰੱਖੇ, ਮੇਰੀ ਜ਼ਿੰਦਗੀ ਸਲਾਮਤ ਰੱਖੇ, ਅਤੇ ਫਿਰ ਕਿਸੇ ਹੋਰ ਟੌਪਿਕ 'ਤੇ ਗੱਲਬਾਤ ਕਰਾਂਗੇ। ਫਿਲਹਾਲ ਉਹਨੇ ਇਜਾਜ਼ਤ ਦਿਓ, ਅੱਲਾ ਬੇਟੀ।